ਕੁਦਰਤੀ ਸੇਬਾਂ ਵਾਲੀ ਜਿਹੜੀ ਘਟਨਾ ਉਹ ਜਿਹਨ ਦੇ ਵਿੱਚ ਰੁਕੀ ਹੋਈ ਤੇ ਮੈਂ ਗੱਡੀ ਥੋੜੀ ਜਿਹੀ ਸਲੋ ਕਰ ਲਈ ਦੇਖਾਂ ਕਿ ਕੀ ਹੈ। ਜਦੋਂ ਦੇਖਿਆ ਆਲੂ ਸੀ, ਜਦੋਂ ਮੈਨੂੰ ਲੱਗਿਆ ਕਿ ਦੋ ਗੁਰਸਿੱਖ ਵੀਰ ਖੜੇ ਨੇ, ਮੈਂ ਗੱਡੀ ਖੜਾ ਕੇ ਆ ਕੇ ਇਹਨਾਂ ਦੇ ਨਾਲ ਗੱਲ ਕੀਤੀ। ਜਦੋਂ ਮੈਂ ਆ ਕੇ ਜਾਇਜ਼ਾ ਲਿਆ, ਲਗਭਗ ਇਹਨਾਂ ਦੇ ਦੱਸਣ ਦੇ ਮੁਤਾਬਕ 1.5 ਲੱਖ ਦਾ ਇਹਨਾਂ ਦੇ ਟਰੱਕ ਦਾ ਨੁਕਸਾਨ ਹੋਇਆ। ਦੇਖੋ ਸਾਬਤ ਸੂਰਤ ਗੁਰਸਿੱਖ ਨੇ, ਜੇ ਆਪਣੀ ਕੌਮ ਦੀ ਚੜ੍ਹਦੀ ਕਲਾ ਤੇ ਅੱਜ ਸਾਨੂੰ ਆਪਣੀ ਕੌਮ ਦੇ ਨਾਲ ਖੜਨਾ ਚਾਹੀਦਾ, ਆਪਣੇ ਗੁਰਸਿੱਖ ਵੀਰਾਂ ਦੇ ਨਾਲ, ਤੇ ਉਹਨਾਂ ਨੂੰ ਕਿਤੇ ਵੀ ਕਰਾਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਉਹਦਾ ਸਾਥ ਨਿਭਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਜੀ, ਤੁਹਾਨੂੰ ਪਿਛਲੇ ਦਿਨ ਹੀ ਪਤਾ ਹੋਣਾ ਕਿ ਇੱਥੇ ਇੱਕ ਜੀਟੀ ਰੋਡ ਤੇ ਸੇਬਾਂ ਦਾ ਟਰੱਕ ਪਲਟ ਗਿਆ ਸੀ। ਸਾਡੇ ਫਤਿਹਗੜ੍ਹ ਸਾਹਿਬ ਇਲਾਕੇ ਨੂੰ ਇੱਕ ਬਹੁਤ ਵੱਡਾ ਕਲੰਕ ਲੱਗਿਆ ਉਸ ਗੱਲ ਦਾ, ਤੇ ਮੈਂ ਖੁਦ ਬੜਾ ਸ਼ਰਮਸਾਰ ਸੀ ਉਸ ਗੱਲ ਤੇ। ਚਲੋ, ਗਲਤੀਆਂ ਇਨਸਾਨ ਕਰਦੇ ਨੇ, ਮੈਂ ਸਮਝਦਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਸੋ ਮੈਂ ਉਹਨਾਂ ਨੂੰ ਵੀ ਕੋਈ ਬਹੁਤਾ ਨਹੀਂ ਕਹਿਣਾ ਚਾਹੀਦਾ ਕਿ ਆਪਣਾ ਕਰਮ ਹੁੰਦਾ ਬੰਦੇ ਦਾ। ਅੱਜ ਮੈਂ ਗੁਜ਼ਰ ਰਿਹਾ ਸੀਗਾ ਇੱਥੋਂ ਸਾਧੂਗੜ੍ਹ ਤੋਂ, ਇੱਕ ਟਰੱਕ ਪਲਟਿਆ ਹੋਇਆ ਮੈਨੂੰ ਦਿਖਿਆ ਦੂਰੋਂ। ਉਹ ਕੁਦਰਤੀ ਸੇਬਾਂ ਵਾਲੀ ਜਿਹੜੀ ਘਟਨਾ ਉਹ ਜਿਹਨ ਦੇ ਵਿੱਚ ਰੁਕੀ ਹੋਈ ਤੇ ਮੈਂ ਗੱਡੀ ਥੋੜ੍ਹੀ ਜਿਹੀ ਸਲੋ ਕਰ ਲਈ ਦੇਖਾਂ ਕਿ ਕੀ ਹੈ। ਜਦੋਂ ਦੇਖਿਆ ਆਲੂ ਸੀ, ਜਦੋਂ ਮੈਨੂੰ ਲੱਗਿਆ ਕਿ ਦੋ ਗੁਰਸਿੱਖ ਵੀਰ ਖੜੇ ਨੇ, ਮੈਂ ਗੱਡੀ ਖੜਾ ਕੇ ਆ ਕੇ ਇਹਨਾਂ ਦੇ ਨਾਲ ਗੱਲ ਕੀਤੀ। ਸੋ ਇਹਨਾਂ ਗੁਰਸਿੱਖ ਵੀਰਾਂ ਦਾ ਇਹ ਟਰੱਕ ਸੀ ਆਲੂਆਂ ਦਾ। ਜਦੋਂ ਮੈਂ ਆ ਕੇ ਜਾਇਜ਼ਾ ਲਿਆ, ਲਗਭਗ ਇਹਨਾਂ ਦੇ ਦੱਸਣ ਦੇ ਮੁਤਾਬਕ 1.5 ਲੱਖ ਦਾ ਇਹਨਾਂ ਦੇ ਟਰੱਕ ਦਾ ਨੁਕਸਾਨ ਹੋਇਆ। ਸੋ ਦੇਖੋ ਸਾਬਤ ਸੂਰਤ ਗੁਰਸਿੱਖ ਨੇ, ਤੇ ਮੇਰੇ ਮਨ ਦੇ ਵਿੱਚ ਫਿਰ ਜਿਹੜੀ ਭਾਵਨਾ ਉੱਠੀ ਕਿ ਸਾਡੇ ਇਲਾਕੇ ਨੂੰ ਜਿਹੜਾ ਇਹ ਲੱਗਿਆ ਕਲੰਕ, ਤੇ ਪਤਾ ਨਹੀਂ ਇਹ ਸ਼ਹੀਦਾਂ ਦੀ ਕੋਈ ਇਹ ਕਲਾ ਹੀ ਹੈ ਕਿ ਮੈਨੂੰ ਲੱਗਦਾ ਕਿ ਹੁਣ ਮੈਨੂੰ ਇਹਦਾ ਕੋਈ ਫਰਜ਼ ਨਿਭਾਉਣਾ ਚਾਹੀਦਾ। ਮੈਂ ਜ਼ਿੰਦਗੀ 'ਚ ਕਦੇ ਇਸ ਤਰ੍ਹਾਂ ਕਿਸੇ ਦਾ ਕੋਈ ਸੇਵਾ ਕਰਕੇ ਮੈਂ ਹੁਣ ਵੀ ਨਹੀਂ ਦੱਸਣੀ, ਜਿੰਨੀ ਕੁ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੇਵਾ ਕਰ ਸਕਿਆ, ਮੈਂ ਇਹਨਾਂ ਦੀ ਆਪਣੇ ਵੱਲੋਂ ਕਰ ਦਿੱਤੀ। ਰਹਿੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਸਾਡੀ 12 ਨੂੰ ਐਗਜੈਕਟਿਵ ਹੈ, ਉਹਦੇ ਵਿੱਚ ਮੈਂ ਪ੍ਰਧਾਨ ਸਾਹਿਬ ਤੋਂ ਐਗਜੈਕਟਿਵ ਦੇ ਵਿੱਚੋਂ ਪਾਸ ਕਰਾਊਂਗਾ, ਮੇਰਾ ਆਪਣਾ ਕੋਟਾ। ਅਤੇ ਜੇ ਸ਼੍ਰੋਮਣੀ ਕਮੇਟੀ ਅਬਲਾ, ਮੈਨੂੰ ਉਮੀਦ ਹੈ ਕਿ ਸ਼੍ਰੋਮਣੀ ਕਮੇਟੀ ਕਰੂਗੀ, ਤੋ ਨਾ ਵੀ ਕਰੂਗੀ ਫਿਰ ਅਸੀਂ ਕੋਈ ਸੰਗਤ ਤੋਂ ਹੋਰ ਜਿਸ ਤਰ੍ਹਾਂ ਵੀ ਹੋਊਗਾ, ਕੋਈ ਐਸੀ ਗੱਲ ਨਹੀਂ। ਮਸਲਾ ਇਹ ਨਹੀਂ ਇਹਨਾਂ ਦੀ ਸੇਵਾ ਦਾ, ਮਸਲਾ ਇਹ ਹੈ ਕਿ ਮੈਂ ਅੱਜ ਇਹਨਾਂ ਦੇ ਜ਼ਰੀਏ ਤੁਹਾਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਦੇਖੋ, ਜਿੱਥੇ ਵੀ ਕਿਤੇ ਗੁਰਸਿੱਖ ਵੀਰ ਦੇ ਉੱਤੇ ਇਸ ਤਰ੍ਹਾਂ ਦੀ ਵਿਪਤਾ ਛੋਟੀ ਵੱਡੀ ਪੈਂਦੀ ਆ, ਕਿਸੇ ਨੂੰ ਬਿਮਾਰੀ ਹੈ, ਕਿਸੇ ਨੂੰ ਕੁਛ ਹੈ, ਤਾਂ ਅੱਜ ਸਾਡਾ ਸਮਾਜਿਕ ਤਾਣਾ ਇੰਨਾ ਉਲਝ ਗਿਆ, ਸਾਡਾ ਫਰਜ਼ ਬਣਦਾ ਕਿ ਅਸੀਂ ਅੱਗੇ ਆਈਏ। ਅੱਜ ਅਸੀਂ ਪੀੜਤ ਹਾਂ ਕਿ ਇੱਥੇ ਧਰਮ ਪਰਿਵਰਤਨ ਹੋ ਰਿਹਾ, ਦੂਜੇ ਧਰਮਾਂ ਦੇ ਵਿੱਚ ਲੋਕ ਜਾ ਰਹੇ ਨੇ ਸਾਡੇ, ਕਿਤੇ ਨਾ ਕਿਤੇ ਗਰੀਬੀ ਦੀ ਗੁਰਬਤ ਜਿਹੜੀ ਆ ਉਹਨੇ ਸਾਨੂੰ ਇਹ ਮਾਰ ਪਈ ਆ। ਸੋ ਮੇਰੀ ਸਾਰੀਆਂ ਸੰਸਥਾਵਾਂ ਨੂੰ, ਸਮਰੱਥ ਲੋਕਾਂ ਨੂੰ, ਚਾਹੇ ਉਹ ਬਿਜ਼ਨਸਮੈਨ ਨੇ, ਉਹਨਾਂ ਨੂੰ ਮੈਂ ਸਮਝਦਾ ਕਿ ਇਸ ਤੋਂ ਵੱਡੀ ਆਪਣੀ ਕੌਮ ਦੀ ਕੋਈ ਹੋਰ ਸੇਵਾ ਨਹੀਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਸੋ ਇਹਨਾਂ ਵੀਰਾਂ ਨੂੰ ਮੈਂ ਆਪਣੇ ਵੱਲੋਂ ਪੂਰਾ ਹੌਸਲਾ ਦਿੱਤਾ ਕਿ ਤਕੜੇ ਰਹਿਣ। ਅਤੇ ਇੱਕ ਕੁਦਰਤ ਨਹੀਂ, ਕੁਦਰਤੀ ਆ, ਕਈ ਵਾਰੀ ਕੋਈ ਸਰੀਰਕ ਕਸ਼ਟ ਆਉਂਦਾ, ਕਿਤੇ ਕੋਈ ਬਿਪਤਾ ਆਉਂਦੀ ਜਾਂਦੀ ਹੈ, ਸਿੱਖ ਕਦੇ ਪਰਵਾਹ ਨਹੀਂ ਕਰਦਾ। ਸੋ ਇਹ ਚੜ੍ਹਦੀ ਕਲਾ ਦੇ ਵਿੱਚ ਨੇ, ਸੋ ਮੈਨੂੰ ਇਹ ਹੌਸਲਾ। ਸੋ ਮੈਂ ਫਤਿਹਗੜ੍ਹ ਸਾਹਿਬ ਦੇ ਇਲਾਕੇ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਮੈਨੂੰ ਚੁਣ ਕੇ ਇੱਥੋਂ ਸੇਵਾ ਦਿੱਤੀ ਹੈ, ਠੀਕ ਹੈ, ਤੁਸੀਂ, ਤੁਹਾਡੇ ਮਨ ਨੂੰ ਬੜੀ ਠੇਸ ਲੱਗੀ ਸਾਡੇ ਇਲਾਕੇ ਦੇ ਲੋਕਾਂ ਨੂੰ, ਤੋ ਕਿਤੇ ਨਾ ਕਿਤੇ ਸ਼ਹੀਦਾਂ ਨੇ ਕੋਈ ਕਲਾ ਵਰਤਾਈ ਆ ਕਿ ਜਿੱਥੇ ਇੱਕ ਉਹ ਤਸਵੀਰ ਸੀਗੀ ਕਿ ਉਹ ਕੁਛ ਹੋਇਆ, ਅਤੇ ਗੁਰੂ ਸਾਹਿਬ ਨੇ ਇਹ, ਕਿਉਂਕਿ ਤੁਹਾਡੇ ਸਾਰੇ 50,000 ਸਿੱਖਾਂ ਦਾ, ਜਿਨ੍ਹਾਂ ਨੇ ਮੈਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਣਾ ਕੇ ਭੇਜਿਆ, ਇਹ ਮੈਂ ਆਪਣੇ ਵੱਲੋਂ ਨਹੀਂ, ਮੈਂ ਤੁਹਾਡੇ ਵੱਲੋਂ, ਇਹ ਹਲਕਾ ਫਤਿਹਗੜ੍ਹ ਸਾਹਿਬ ਦੇ ਸਿੱਖਾਂ ਵੱਲੋਂ ਅੱਜ ਇਹਨਾਂ ਗੁਰਸਿੱਖਾਂ ਵੀਰਾਂ ਦੇ ਨਾਲ ਜਿੰਨਾ ਕੁ ਆਪਣੀ ਸੇਵਾ ਕਰ ਸਕਿਆ, ਤੋ ਬਾਕੀ ਸ਼੍ਰੋਮਣੀ ਕਮੇਟੀ ਤੋਂ ਕਰਾਵਾਂਗਾ। ਸੋ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਵੀ, ਠੀਕ ਹੈ, ਉਹਨਾਂ ਨੇ ਗਲਤੀ ਕਰ ਲਈ ਜਿਨ੍ਹਾਂ ਨੇ ਇਹ ਸੇਵਾ ਸੂਬਾ ਵਾਲਾ ਕੀਤਾ, ਹੁਣ ਛੱਡੋ, ਕੋਈ ਗੱਲ ਨਹੀਂ, ਕਈ ਵਾਰੀ ਕੋਈ ਜ਼ਿੰਦਗੀ ਦੇ ਵਿੱਚ ਸਬਕ ਹੁੰਦੇ ਉਹਨਾਂ ਗੱਲਾਂ ਦੇ, ਗੁਰੂ ਕਿਰਪਾ ਕਰੇ। ਸੋ ਮੈਂ ਇਹੀ ਅਪੀਲ ਕਰਦਾ, ਵਾਰ ਵਾਰ ਅਪੀਲ ਕਰਦਾ ਕਿ ਸਾਧ ਸੰਗਤ, ਜੇ ਆਪਣੀ ਕੌਮ ਦੀ ਚੜ੍ਹਦੀ ਕਲਾ ਤੇ ਅੱਜ ਸਾਨੂੰ ਆਪਣੀ ਕੌਮ ਦੇ ਨਾਲ ਖੜਨਾ ਚਾਹੀਦਾ, ਆਪਣੇ ਗੁਰਸਿੱਖ ਵੀਰਾਂ ਦੇ ਨਾਲ, ਤੇ ਉਹਨਾਂ ਨੂੰ ਕਿਤੇ ਵੀ ਕਰਾਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਸੀਂ ਉਹਦਾ ਸਾਥ ਨਿਭਾਈਏ। ਸੋ ਮੈਂ ਭੁੱਲਾਂ ਚੁੱਕਾਂ ਦੀ ਖਿਮਾਰ, ਮੈਂ ਫਿਰ ਅਖੀਰ ਤੇ 'ਚ ਇਹੀ ਗੱਲ ਕਹਿਣੀ ਚਾਹੁੰਦਾ ਕਿ ਮੈਂ ਜ਼ਿੰਦਗੀ 'ਚ ਕਦੇ ਨਹੀਂ ਇਸ ਤਰ੍ਹਾਂ ਕਿ ਸੇਵਾ ਕੀਤੀ ਹੋਵੇ, ਉਹ ਤੋਂ ਬਾਅਦ ਮੈਂ ਦੱਸਣ ਦਾ ਯਤਨ ਕੀਤਾ, ਪਰ ਸਿਰਫ ਮੇਰੀ ਹੀ
ਜਿਹੜੀ ਉਹ ਸੇਬਾਂ ਵਾਲੀ ਘਟਨਾ ਵਾਪਰੀ ਆ, ਬਿਲਕੁਲ ਉਹਦੇ ਕੋਲ ਹੀ ਇਹ ਘਟਨਾ ਵਾਪਰੀ ਆ। ਕੋਈ ਐਡੀ ਨਹੀਂ, ਇਹ ਸਮਾਜ ਦੇ ਵਿੱਚ ਲੋਕੀ ਸਾਰੇ ਮਰ ਚੁੱਕੇ, ਜੇ ਚਲੋ ਕਿਸੇ ਤੇ ਕੋਈ ਗਲਤੀ ਹੋ ਗਈ। ਇਹ ਪੰਜਾਬ ਦੀ ਧਰਤੀ ਹੈ, ਗੁਰੂ ਪੀਰਾਂ ਦੀ ਧਰਤੀ ਹੈ, ਲੰਗਰ ਲਾਉਣ ਵਾਲੇ ਇਹ ਗਰੀਬਾਂ ਨਾਥਾਂ ਦੀ ਸੇਵਾ ਕਰਨ ਵਾਲੇ ਲੋਕਾਂ ਦੀ ਧਰਤੀ ਹੈ। ਗੁਰੂ ਕਿਰਪਾ ਕਰੇ ਤੇ ਅਸੀਂ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਦੇ ਰਹੀਏ। ਮੈਂ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਲਕਾ ਫਤਿਹਗੜ੍ਹ ਸਾਹਿਬ ਜਥਾ ਰਧਾਵਾ, ਸੋ ਮੇਰੇ ਅਸੀਂ ਜਥੇ ਵੱਲੋਂ ਜਿੰਨੀ ਕੁ ਸੇਵਾ ਅੱਜ ਇਹਨਾਂ ਗੁਰਸਿੱਖਾਂ ਦੀ ਕਰ ਸਕਿਆ, ਭੁੱਲਾ ਚੁੱਕਾ ਦੀ ਕਿਹਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿੰਤਾ ਨਾ ਕਰੋ, ਤੁਹਾਡੀ ਕਿਸਮਤ ਜਾਗ ਰਹੀ ਹੈ। ਚਮਤਕਾਰ ਨੂੰ ਨਮਸਕਾਰ, ਮੀਆਂ ਤਾਲਿਬ ਜੀ, ਸਪੈਸ਼ਲਿਸਟ ਵਸ਼ੀਕਰਨ, ਮੁੱਠਕਰਨੀ, ਲਵ ਮੈਰਿਜ, ਕੋਰਟ ਕੇਸ 'ਤੇ ਕੀਤਾ ਕਰਾਇਆ, ਇਮੀਡੀਏਟਲੀ 101% ਰਿਜ਼ਲਟਸ, ਸਾਡੇ ਕਾਲੇ ਇਲਮ ਦੀ ਕਾਟ ਸਾਡੇ ਕੋਲ, ਸਮੱਸਿਆ ਤੁਹਾਡੀ, ਸਮਾਧਾਨ ਸਾਡਾ। ਹਰ ਸਮੱਸਿਆ ਦਾ ਸਮਾਧਾਨ ਪਾਓ ਸਿਰਫ 5 ਘੰਟਿਆਂ ਵਿੱਚ। ਹਰ ਪਾਸਿਓਂ ਨਿਰਾਸ਼, ਇੱਕ ਵਾਰ ਜ਼ਰੂਰ ਕਾਲ ਕਰੋ। ਕਾਲ ਨਾਓ 9876786067। ਸਭ ਤੋਂ ਪਹਿਲਾਂ ਕੰਮ ਕਰਨ ਦਾ ਪੱਕਾ ਵਾਅਦਾ, ਲਵ ਮੈਰਿਜ, ਘਰ ਕਲੇਸ਼, ਕਾਰੋਬਾਰ, ਘਰ ਦੀ ਸ਼ਾਂਤੀ, ਨੌਕਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਹਰ ਕੰਮ ਗਰੰਟੀ ਨਾਲ ਕੀਤਾ ਜਾਂਦਾ ਹੈ। ਦੁਨੀਆਂ ਦੇ ਸਾਰੇ ਮੌਲਵੀ, ਜੋਤਿਸ਼, ਤਾਂਤਰਿਕ ਨੂੰ ਅਜਮਾ ਚੁੱਕੇ ਹੋ ਤਾਂ ਇੱਕ ਵਾਰ ਜ਼ਰੂਰ ਫੋਨ ਕਰੋ 9876786067।